ਸਤਿ ਸ਼੍ਰੀ ਅਕਾਲ ਦੋਸਤੋ, ਟੈਕਨੀਕਲ ਜੋਬ ਪੁਆਇੰਟ ਚੈਨਲ 'ਚ ਤੁਹਾਡਾ ਸਵਾਗਤ ਹੈ। ਜੇਕਰ ਮੇਰਾ ਚੈਨਲ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਜ਼ਰੂਰ ਦਬਾ ਲੈਣਾ, ਪੰਜਾਬ ਦੀ ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਦੇ ਲਈ। ਚਲੋ ਸ਼ੁਰੂ ਕਰਦੇ ਹਾਂ ਦੋਸਤੋ। ਇਹ ਨੋਟਿਸ ਸੈਂਟਰਲ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਵੱਲੋਂ ਆਇਆ ਹੈ ਜੀ। ਇਹਦੇ 'ਚ ਪਹਿਲੀ ਪੋਸਟ ਮਾਲੀ ਦੀ, ਦੂਸਰੀ ਚੌਂਕੀਦਾਰ, ਤੀਸਰੀ ਕਲੀਨਰ ਦੀ ਹੈ। ਇਹਦੇ 'ਚ ਪੇ ਸਕੇਲ 5900 ਤੋਂ ਲੈ ਕੇ 10680 ਅਤੇ ਗ੍ਰੇਡ ਪੇ 1650 ਰੁਪਏ ਰਹੇਗਾ। ਕੁਆਲੀਫਿਕੇਸ਼ਨ ਤੁਸੀਂ 8ਵੀਂ ਪਾਸ ਕੀਤੀ ਹੋਵੇ ਪੰਜਾਬੀ ਭਾਸ਼ਾ ਦੇ ਵਿੱਚ। ਪਹਿਲੀ ਪੋਸਟ ਹੈ ਜੀ ਲੈਬੋਰਟਰੀ ਅਟੈਂਡੈਂਟ ਦੀ। ਇਹਦਾ ਪੇ ਸਕੇਲ 5910 ਤੋਂ ਲੈ ਕੇ 20200 ਤੱਕ ਹੈ ਜੀ। ਗ੍ਰੇਡ ਪੇ 1900, ਕੁਆਲੀਫਿਕੇਸ਼ਨ 10ਵੀਂ ਪੰਜਾਬੀ ਭਾਸ਼ਾ 'ਚ ਕੀਤੀ ਹੋਵੇ, ਨਾਲ ਡਿਪਲੋਮਾ ਲੈਬੋਰਟਰੀ ਸਾਇੰਸ ਦਾ ਤੁਹਾਡੇ ਕੋਲ ਹੋਵੇ। ਤੁਸੀਂ ਆਪਣਾ ਫਾਰਮ ਭਰ ਕੇ, ਬਾਇਓਡਾਟਾ ਸਾਰਾ ਫਿਲ ਕਰਕੇ, ਨਾਲ ਆਪਣੇ ਸਰਟੀਫਿਕੇਟ ਲਗਾ ਕੇ ਇਸ ਐਡਰੈਸ 'ਤੇ ਭੇਜ ਦੇਣਾ ਹੈ। ਦਾ ਸਕ੍ਰੇਟਰੀ ਕਮ ਇਸਟੇਬਲਿਸ਼ਮੈਂਟ ਔਫਿਸਰ CRRID Sector 19A ਮੱਧਿਆ ਮਾਰਗ ਚੰਡੀਗੜ੍ਹ, ਪਿੰਨ ਕੋਡ 1600019, ਅਤੇ ਇਸ ਐਡਰੈਸ 'ਤੇ 15 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਫਾਰਮ ਪਹੁੰਚ ਜਾਣਾ ਚਾਹੀਦਾ ਹੈ। ਦੋਸਤੋ, ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ ਥੈਂਕ ਯੂ।